ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਕੁਝ ਜਿਹੜੀਆਂ ਲਿਸਟਿੰਗ ਸ਼ੇਅਰ ਕਰ ਰਹੇ ਹਾਂ ਜੋ ਕਿ ਆਪਣੇ ਕੋ ਫਾਰਮ ਆਏ ਨੇ 40 ਏਕੜ ਦਾ ਫਾਰਮ 3500 ਤੋਂ ਲੈ ਕੇ 4000 ਸਕਰ ਫੀਟ ਦਾ ਘਰ ਬਣਿਆ ਹੋਇਆ ਤੇ ਜੋ ਕਿ ਇਸ ਦੇ ਵਿੱਚ ਇੱਕ ਬਾੜ ਨੇ ਵੀ ਬਣਿਆ ਹੋਇਆ ਜੋ ਕਿ 에어ਪੋਰਟ ਰੋਡ ਨੂੰ ਫੇਸ ਕਰਦਾ ਹੈਗਾ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਤੇ ਹੈ ਜੋ ਕਿ ਬ੍ਰੈਂਪਟਨ ਤੋਂ 10 ਤੋਂ 15 ਮਿੰਟ ਦਾ ਰਸਤਾ ਉਸ ਤੋਂ ਬਾਅਦ ਦੇ ਵਿੱਚ ਹਰਨਟਾਰੀਓ ਦੇ ਉੱਤੇ ਇੱਕ ਆਪਣੇ ਕੋ 32 ਏਕੜ ਦਾ ਫਾਰਮ ਆਇਆ ਜਿਸ ਦੇ ਵਿੱਚ ਤਿੰਨ ਘਰ ਬਣੇ ਹੋਏ ਨੇ ਇਸਦੀ ਮੰਥਲੀ ਇਨਕਮ 9 ਤੋਂ ਲੈ ਕੇ 10000 ਡਾਲਰ ਜਿਹੜੀ ਇਨਕਮ ਆ ਰਹੀ ਹੈ ਇਸ ਪ੍ਰਾਪਰਟੀ ਦੇ ਵਿੱਚ ਦੋ ਬਾੜਨ ਬਣੇ ਹੋਏ ਨੇ ਤੇ ਬਹੁਤ ਹੀ ਇਹ ਵੀ ਬਹੁਤ ਵਧੀਆ ਲੋਕੇਸ਼ਨ ਹੈਗੀ ਆ ਉਸ ਤੋਂ ਬਾਅਦ ਦੇ ਵਿੱਚ ਆਪਣੇ ਕੋਲ 16 ਏਕੜ ਦੇ ਵਿੱਚ ਦੋ ਘਰ ਬਣੇ ਹੋਏ ਨੇ ਤੇ ਇਸ ਦੇ ਵਿੱਚ ਵੀ ਇੱਕ ਬਹੁਤ ਵਧੀਆ ਸ਼ੈੱਡ ਤੇ ਜਿਹੜਾ ਬਾੜਨ ਬਣਿਆ ਹੋਇਆ ਤੇ ਹਾਰਟ ਲੇਕ ਅਤੇ 올ਡ ਵੇਸ ਰੋਡ ਦੇ ਉੱਤੇ ਆ ਜਿਹੜੇ ਪੈਂਦੇ ਨੇ ਜੋ ਕਿ ਇਹ ਤਿੰਨੇ ਫਾਰਮ ਨੇ ਸਿਰਫ ਬ੍ਰੈਮਟਨ ਤੋਂ 15 ਮਿੰਟ ਦਾ ਜਿਹੜਾ ਰਸਤਾ ਲੱਗਦਾ ਹੈਗਾ ਤੁਸੀਂ ਇਸ ਫਾਰਮ ਬਾਰੇ ਇਨਕੁਆਰੀ ਕਰਨੀ ਚਾਹੁੰਦੇ ਹੋਗੇ ਹੋ ਤੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਕੋਲ ਜੀ ਮਿਲਟਨ ਦੇ ਵਿੱਚ 2 ਏਕੜ ਕਮਰਸ਼ੀਅਲ ਤੁਸੀਂ ਕੋਈ ਬੈਂਕਟ ਹਾਲ ਕੋਈ ਪਲਾਜ਼ਾ ਜਾਂ ਵੇਅਰ ਹਾਊਸ ਬਣਾਉਣਾ ਚਾਹੁੰਦੇ ਹੋਗੇ ਜੋ ਕਿ origignal road 25 ਅਤੇ 401 ਤੋਂ ਸਿਰਫ 2 ਮਿੰਟ ਦਾ ਰਸਤਾ ਪੈਂਦਾ ਹੈਗਾ ਤੁਸੀਂ ਇਸ ਲੋਕੇਸ਼ਨ ਦੀ ਇਨਕੁਆਰੀ ਕਰਨਾ ਚਾਹੁੰਦੇ ਹੋ ਤੇ ਉਸ ਤੋਂ ਬਾਅਦ ਦੇ ਵਿੱਚ ਬਰਲਿੰਗਟਨ ਦੇ ਵਿੱਚ ਐਮ 2 ਯੂਨਿੰਗ 2.87 ਏਕੜ ਜੋ ਕਿ ਫੈਂਸ ਲੱਗੀ ਹੋਈ ਆ ਤੁਸੀਂ ਟਰੱਕ ਪਾਰਕ ਟ੍ਰੇਲਰ ਪਾਰਕ ਜਿਹੜੇ ਕਰ ਸਕਦੇ ਹੋ ਜੋ ਕਿ QWW ਤੋਂ ਸਿਰਫ 4 ਮਿੰਟ ਦਾ ਰਸਤਾ ਪੈਂਦਾ ਹੈਗਾ ਲੰਡਨ ਦੇ ਵਿੱਚ ਆਪਣੇ ਕੋ ਤਿੰਨ ਪ੍ਰਾਪਰਟੀਆਂ ਆਈਆਂ ਨੇ ਜੋ ਕਿ ਇੱਕ ਟਾਊਨ ਹਾਊਸ ਜੋ ਕਿ 1800 ਤੋਂ ਲੈ ਕੇ 1900 ਸਕੁਅਰ ਫੀਟ ਦਾ ਦੋ ਡੀਟੈਚ ਘਰ ਆਏ ਨੇ ਬਹੁਤ ਹੀ ਵਧੀਆ ਹਾਈਵੇ ਦੇ ਬਿਲਕੁਲੇ ਕੋਲ ਪੈਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਕੋਲ ਜੀ ਵਿਲ ਲੈਂਡ ਦੇ ਵਿੱਚ ਇੱਕ ਪ੍ਰਾਪਰਟੀ ਆਈ ਆ ਨਾਗਰਾ ਫਾਲ ਜੋ ਕਿ ਕਲਿਫਟਨ ਏਰੀਆ ਪੈ ਜਾਂਦਾ ਹੈਗਾ 6 ਤੋਂ ਲੈ ਕੇ 8000 ਡਾਲਰ ਮੰਥਲੀ ਇਨਕਮ ਆ ਰਹੀ ਆ ਦੋਨੇ ਪ੍ਰਾਪਰਟੀਆਂ ਦੇ ਵਿੱਚੋਂ ਵਿਲ ਲੈਂਡ ਅਤੇ ਨਾਗਰਾ ਫਾਲ ਵੈਲਵੈਲ ਦੇ ਵਿੱਚ ਆਪਣੇ ਕੋਲ ਚਾਰ ਬੈੱਡਰੂਮ ਦਾ ਇੱਕ ਬੀ ਅਟੈਚ ਘਰ ਆਇਆ ਜੀ ਹੈਗਾ ਬਹੁਤ ਹੀ ਵਧੀਆ ਟੁਕਮੀ ਲੋਕੇਸ਼ਨ ਹੈਗੀ ਆ ਤੇ ਸਮਿਥਵਾਲ ਦੇ ਵਿੱਚ ਦੋ ਟਾਊਨ ਹਾਊਸ ਆਏ ਨੇ ਤੁਹਾਨੂੰ ਬਹੁਤ ਹੀ ਸਸਤੀ ਸਸਤੀ ਪ੍ਰਾਈਸ ਦੇ ਵਿੱਚ ਇਹ ਜਿਹੜੇ ਟਾਊਨ ਹਾਊਸ ਮਿਲ ਸਕਦੇ ਨੇ ਆਟਵਾ ਦੇ ਵਿੱਚ ਅਸਾਈਨਮੈਂਟ ਕਲਾਜ਼ ਦੇ ਉੱਤੇ ਦੋ ਘਰ ਆਏ ਨੇ ਅਗਰ ਜੇ ਕਿਸੇ ਸਾਡੇ ਸਰੋਤੇ ਨੇ ਉਸ ਏਰੀਏ ਦੇ ਵਿੱਚ ਰਹਿਣਾ ਚਾਹੁੰਦਾ ਹੈਗਾ ਤਾਂ ਵੀ ਤੁਸੀਂ ਇਹ ਲੈ ਸਕਦੇ ਹੋ ਨਾਲ ਦੀ ਨਾਲ ਆਪਣੇ ਕੋਲ ਇੱਕ 4500 ਤੋਂ ਲੈ ਕੇ 5000 ਸਕਰ ਫੀਟ ਦਾ ਈਸਟ ਕੈਲਡਨ ਜੋ ਕਿ ਬ੍ਰੈਂਡ ਨਿਊ ਘਰ ਹੈਗਾ 9 ਫੀਟ ਬੇਸਮੈਂਟ 9 ਫੀਟ ਮੇਨ ਫਲੋਰ ਤੇ 9 ਫੀਟ ਅਪਰ ਲੈਵਲ ਕਾਫੀ ਜਿਆਦਾ ਜਿਹੜੀ ਅਪਗ੍ਰੇਡਿੰਗ ਨੇ ਪਾਈ ਸ਼ੇਪ ਇਹ ਲੋਟ ਹੈਗਾ ਘਰ ਹੈਗਾ ਕਾਫੀ ਖੁੱਲਾ ਡੁੱਲਾ ਪੰਜ ਬੈਡਰੂਮ ਤੇ 6 ਵਾਸ਼ਰੂਮ ਇਸ ਪ੍ਰਾਪਰਟੀ ਦੇ ਵਿੱਚ ਹੈਗੇ ਨੇ ਤੇ ਨਾਲ ਦੀ ਨਾਲ ਆਪਣੇ ਕੋ ਇੱਕ ਬਹੁਤ ਹੀ ਵਧੀਆ ਡੀਲ ਜਿਹੜੀ ਲੈ ਕੇ ਆਂਦੇ ਆ ਤੁਹਾਡੇ ਵਾਸਤੇ 52 ਏਕੜ ਦੀ ਲੈਂਡ ਤੇ ਤਿੰਨ ਬੈਡਰੂਮ ਦਾ ਘਰ ਤੇ ਮੇਨ ਹਾਈਵੇ ਦੇ ਉੱਪਰ ਪੈਂਦਾ ਹੈਗਾ ਇਹ ਪ੍ਰਾਪਰਟੀ 52 ਏਕੜ ਤਿੰਨ ਬੈਡਰੂਮ ਦਾ ਘਰ ਸਿਰਫ ਤੁਸੀਂ ਇਸ ਪ੍ਰਾਪਰਟੀ ਦੇ ਮਾਲਕ ਬਣ ਸਕਦੇ ਹੋ 4.5 ਲੱਖ 4.5 ਲੱਖ ਡਾਲਰ ਦੇ ਕੇ ਇਸ ਪ੍ਰਾਪਰਟੀ ਦੇ ਤੁਸੀਂ ਮਾਲਕ ਬਣ ਸਕਦੇ ਹੈਗੇ ਹੋ 52 ਏਕੜ 3 ਬੈੱਡਰੂਮ ਦਾ ਘਰ ਤੇ ਤੁਸੀਂ ਕੋਈ ਉਸੇ ਵੀ ਪ੍ਰਾਪਰਟੀ ਦੀ ਇਨਕੁਆਰੀ ਕਰਨਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਮੇਰੇ ਸੈਲ ਫੋਨ ਦੇ ਉੱਤੇ ਕਾਲ ਕਰ ਸਕਦੇ ਹੋ 647 960 0770 647 960 0770 ਤੇ ਕਾਲ ਕੀਤੀ ਜਾ ਸਕਦੀ ਆ ਧੰਨਵਾਦ